ਪ੍ਰੇਜ਼ ਦੀ ਲੋਰਡ ਐਵਰੀਵਨ, ਆਈ ਹੋਪ ਤੁਸੀਂ ਸਾਰੇ ਬਲੈਸ ਹੋ ਗਏ। ਦੋ ਤਿੰਨ ਦਿਨ ਦਾ ਇੱਕ ਮਸਲਾ ਸੀਗਾ, ਬਹੁਤ ਭੱਖ ਰਿਹਾ, ਮੀਡੀਆ ਦੇ ਉੱਤੇ ਵੀ ਆ ਰਿਹਾ, ਮੇਰੇ ਲਾਗੇ ਦਾ ਹੀ ਮਸਲਾ ਆ। ਇੱਕ ਲੇਡੀਜ਼ ਦੇ ਨਾਲ ਹੱਥੋ ਪਾਈ ਹੋ ਰਹੀ ਹੈ, ਵੀਡੀਓ ਥੱਲੇ ਮੈਂ ਚਲਾ ਰਿਹਾ। ਇੱਕ ਬ੍ਰਦਰ ਦੀ ਲੜਾਈ ਹੋਈ ਹੈ, ਇੱਕ ਦੁਕਾਨਦਾਰ ਹੈ ਉਹਦੀ ਆਪਸੀ ਕੋਈ ਲੜਾਈ ਹੋਈ ਹੈ ਕੋਈ ਚੀਜ਼ ਨੂੰ ਲੈ ਕੇ, ਅਤੇ ਉਹਨੂੰ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ। ਮੈਂ ਇਹੀ ਰਿਕੁਐਸਟ ਕਰਦਾ ਸਾਰਿਆਂ ਨੂੰ, ਸੋਸ਼ਲ ਮੀਡੀਆ ਨੂੰ, ਕਿ ਇਹਨੂੰ ਕੋਈ ਧਰਮ ਦਾ ਮੁੱਦਾ ਨਾ ਬਣਾਇਆ ਜਾਵੇ, ਸ਼ਹਿਰ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ। ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਇਹ ਕੇਸ ਨੂੰ ਵੈਰੀਫਾਈ ਕਰਨ, ਦੋਨਾਂ ਪਾਸੇ ਵੈਰੀਫਾਈ ਕਰਨ। ਮੇਰੀ ਇਹੀ ਰਿਕੁਐਸਟ ਹੈ ਕਿ ਇਹਨੂੰ ਨਾ ਕਿ ਕੋਈ ਮੁੱਦਾ ਬਣਾਇਆ ਜਾਵੇ। ਲੋਕ ਕਹਿੰਦੇ ਆ ਕਿ ਤੂੰ ਇਹ ਚੀਜ਼ ਬਾਰੇ ਕਿਉਂ ਬੋਲਦਾ, ਮੇਰੇ ਕੋਲ ਪਲੇਟਫਾਰਮ ਹੈ। ਕੱਲ੍ਹ ਉਹ ਵੀਡੀਓ ਪਾਈ, ਉਹ 9 ਲੱਖ ਬੰਦੇ ਨੇ ਉਹ ਵੀਡੀਓ ਦੇਖਿਆ, ਉਹ ਚੀਜ਼ ਤੱਕ ਪਹੁੰਚੀ, ਉਹ ਜਲੰਧਰ ਪੁਲਿਸ ਤੱਕ, ਉਹ ਹੋਰ ਪੁਲਿਸ ਤੱਕ ਪਹੁੰਚੀ, ਉਹ ਚੀਜ਼ ਨੂੰ ਉਹਨਾਂ ਨੇ ਵੈਰੀਫਾਈ ਕੀਤਾ, ਉਹ ਬੰਦੇ 'ਤੇ ਪਰਚਾ ਕੀਤਾ। ਇੱਦਾਂ ਹੀ ਹੈ ਕਿ ਆਪਾਂ ਜਿਹੜੀ ਚੀਜ਼ ਆਪਣੇ ਕੋਲ ਹੈਗੀ ਉਹਦਾ ਇਸਤੇਮਾਲ ਕਰੀਏ। ਆਪਾਂ ਨੂੰ ਇਹ ਨਹੀਂ ਹੈਗਾ ਕੋਈ ਕਿਸੇ ਦੀ ਧੀ ਭੈਣ ਦਾ ਝਗੜਾ ਹੋਇਆ ਕਿ ਮੇਰਾ ਉਹ ਦੁਸ਼ਮਣ ਹੈ, ਬੰਦਾ ਦੁਸ਼ਮਣ ਹੈ, ਜਾਂ ਆਹ ਜਨਾਨੀ ਦੁਸ਼ਮਣ ਹੈ। ਆਪਾਂ ਇਹਨੂੰ ਧਰਮ ਦਾ ਮੁੱਦਾ ਨਾ ਬਣਾਈਏ, ਕੇਸ ਨੂੰ ਵੈਰੀਫਾਈ ਕੀਤਾ ਜਾਵੇ। ਜਲੰਧਰ ਕਮਿਸ਼ਨਰ ਅੱਗੇ ਮੇਰੀ ਰਿਕੁਐਸਟ ਹੈ, ਬਾਕੀ ਪ੍ਰਸ਼ਾਸਨ ਅੱਗੇ ਰਿਕੁਐਸਟ ਹੈ, ਦੋਨਾਂ ਪੱਖਾਂ ਨੂੰ ਦੇਖ ਕੇ, ਭਾਵੇਂ ਉਹਨਾਂ 'ਤੇ ਪਰਚਾ ਕਰੋ, ਭਾਵੇਂ ਉਹਨਾਂ 'ਤੇ ਜੋ ਵੀ, ਲੇਕਿਨ ਉਹਨਾਂ ਨੂੰ ਵੈਰੀਫਾਈ ਕਰੋ। ਮੈਂ ਇਹੀ ਕਹਿਣਾ ਚਾਹੁੰਦਾ, ਬਾਕੀ ਇਹ ਲੋਕ ਸਮਝਦਾਰ ਹੈ, ਅੱਜ ਕੱਲ੍ਹ ਐਜੂਕੇਟਿਡ ਹੈ। ਇੱਕ ਪਾਸੇ ਦੇਖ ਕੇ ਕਦੀ ਵੀ ਤੁਸੀਂ ਜੱਜ ਨਾ ਕਰਿਆ ਕਰੋ ਕਿ ਉਹ ਗਲਤ ਹੈ ਜਾਂ ਜਨਾਨੀ ਗਲਤ ਹੈ ਜਾਂ ਬੰਦਾ ਗਲਤ ਹੈ। ਬਾਕੀ ਤੁਸੀਂ ਆਪਣਾ ਕਮੈਂਟਾਂ 'ਚ ਰਾਏ ਦੇ ਰਹੀ ਹੈ, ਆਪਾਂ ਇੱਦਾਂ ਹੀ ਹੋਰ ਵੀਡੀਓ ਪਾਉਂਦੇ ਰਹਿਣਾ। ਥੈਂਕ ਯੂ।